ਹੁਸ਼ਿਆਰਪੁਰ ਵਿਖੇ ਸਾਬਕਾ ਮੰਤਰੀ ਪੰਜਾਬ ਬਿਕਰਮਜੀਤ ਸਿੰਘ ਮਜੀਠੀਆ ਪਹੁੰਚੇ, ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਸਰਕਾਰ ਤੇ ਸ਼ਬਦੀ ਹਮਲੇ ਕੀਤੇ। ਉੱਥੇ ਹੀ ਉਹਨਾਂ ਨੇ ਖਹਿਰਾ ਦੇ ਨਾਲ ਹੋਈ ਮੀਟਿੰਗ ਬਾਰੇ ਬੋਲਦਿਆਂ ਕਿਹਾ ਕਿ ਮੇਰਾ ਖਹਿਰਾ ਨਾਲ ਕੋਈ ਸੰਬੰਧ ਨਹੀਂ। ਮਜੀਠੀਆ ਨੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਫੋਸਟਰ ਨਿਯੁਕਤ ਕਰਨ ਨੂੰ ਲੈ ਕੇ ਹੁਸ਼ਿਆਰਪੁਰ ਵਿੱਚ ਪਹਿਲੀ ਮੀਟਿੰਗ ਕੀਤੀ, ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਜ਼ਿਲ੍ਹਿਆਂ 'ਚ ਅਬਜ਼ਰਵਰ ਨਿਯੁਕਤ ਕੀਤੇ ਆ। ਅਬਜ਼ਰਵਰ ਦਾ ਕੰਮ ਇਹ ਹੈ ਕਿ ਪਾਰਟੀ ਦੀ, ਕਿਉਂਕਿ ਨਵੇਂ ਪ੍ਰਧਾਨ ਸਾਹਿਬਾਨ ਬਣੇ ਆ, ਉਹ ਸਾਰੀ ਬਾਡੀ ਬਣਾਉਣੀ ਅਤੇ ਨਾਲ ਹੀ ਜਿਹੜੇ ਡਿਫਰੈਂਟ ਵਿੰਗਸ ਨੇ ਉਹਨਾਂ ਦੇ ਥੱਲੇ ਤੱਕ ਅਹੁਦੇਦਾਰੀ ਪਿੰਡ ਲੈਵਲ ਤੱਕ ਉਹਨੂੰ ਕੰਪਲੀਟ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਤੋਂ ਅੱਜ ਪਹਿਲੀ ਮੀਟਿੰਗ ਸੀ, ਉਹਦੇ ਕਰਕੇ ਇੱਥੇ ਆਏ ਸਾਂ ਕਿ ਡੇਢ ਸਾਲ ਤੋਂ ਜੋ ਤਾਂ ਕਾਂਗਰਸ ਦੀ ਕਾਰਗੁਜ਼ਾਰੀ ਆ ਉਹਦੇ ਬਾਰੇ, ਜੋ ਸਿਆਸੀ ਹਾਲਾਤ ਬਣੇ ਆ ਉਹਦੇ ਬਾਰੇ ਅਤੇ ਜੋ ਵਾਅਦੇ ਕਾਂਗਰਸ ਨੇ ਲੋਕਾਂ ਨਾਲ ਕੀਤਾ ਸੀ ਉਹਦੀ ਧੋਖਾਧੜੀ ਬਾਰੇ, ਉੱਥੇ ਨਾਲ ਹੀ ਜਥੇਬੰਦੀ ਸਾਰੀ ਤਿਆਰ ਕਰਨ ਲਈ 10 ਦਿਨ ਦਾ ਟਾਈਮ ਦਿੱਤਾ ਅਤੇ ਛੇਤੀ ਤੋਂ ਛੇਤੀ ਉਹ ਜਥੇਬੰਦੀ ਤਿਆਰ ਕੀਤੀ ਜਾਊ। ਸੁਖਪਾਲ ਖਹਿਰਾ ਨਾਲ ਹੋਈ ਮੁਲਾਕਾਤ 'ਤੇ ਉਹਨਾਂ ਨੇ ਕਿਹਾ ਕਿ ਮੇਰੀ ਖਹਿਰਾ ਨਾਲ ਮੁਲਾਕਾਤ ਹੋਈ ਹੈ, ਇਸਦਾ ਇਹ ਮਤਲਬ ਨਹੀਂ ਕਿ ਮੇਰੇ ਖਹਿਰਾ ਦੇ ਨਾਲ ਕੋਈ ਸੰਬੰਧ ਹਨ, ਪਰ ਮੈਂ ਚੀਮਾ ਨੂੰ ਵੀ ਨਵੇਂ ਅਹੁਦੇ ਦੇ ਲਈ ਵਧਾਈ ਦਿੱਤੀ ਹੈ। ਦੇਖੋ ਮੈਂ ਤਾਂ ਜੀ ਹਰੇਕ ਨੂੰ ਮਿਲਦਾ, ਮੈਂ ਤੁਹਾਨੂੰ ਵੀ ਮਿਲਿਆ ਅਤੇ ਮੇਰਾ ਕੰਮ ਹੈ ਮਿਲਣਾ ਗਿਲਣਾ, ਮੈਨੂੰ ਸਾਰੇ ਮਿਲਦੇ ਆ। ਮੈਨੂੰ ਜਿੱਥੇ ਆਪਦੇ ਵੀਰ ਦੇ ਲੱਥੇ ਦਾ ਬੜਾ ਦੁੱਖ ਹੈ ਉੱਥੇ ਚੀਮਾ ਸਾਹਿਬ ਦੇ ਬਣੇ ਦੀ ਬੜੀ ਖੁਸ਼ੀ ਹੈ। ਦੁੱਖ ਨਾਲ ਦੁੱਖ ਸਾਂਝਾ ਕੀਤਾ, ਖੁਸ਼ੀ ਨਾਲ ਖੁਸ਼ੀ ਮਨਾਈ, ਜਿਹੜਾ ਤੁਸੀਂ ਕੰਮ ਕਰਦੇ ਹੋ ਮੈਂ ਕਰਦਾ। ਦੇਖੋ ਸਾਡਾ ਤਾਂ ਸਮਰਥਨ ਕੋਈ ਚੰਗਾ ਹਰੇਕ ਨਾਲ ਹੀ ਹੈ ਜੀ, ਸਾਡਾ ਕਿਸੇ ਨਾਲ ਖਾਸ ਨਾਲ ਸਮਰਥਨ ਨਹੀਂ। ਜਿਹਦੇ ਨਾਲ ਤੁਸੀਂ ਕਹੋਗੇ ਉਹਨੂੰ ਦੇ ਦਿਆਂਗੇ, ਜਿਹਦੇ ਨਾਲ ਤੁਸੀਂ ਕਹੋਗੇ ਉਹਨਾਂ ਲੈ ਲਿਆਂਗੇ ਵਾਪਸ। ਨਹੀਂ ਅਸੀਂ ਤਾਂ ਬਿਲਕੁਲ ਰਿਫਟ ਅਸੀਂ ਕ੍ਰੀਏਟ ਕਰ ਰਹੇ, ਉਹਦਾ ਜਿਹੜੇ ਕ੍ਰੀਏਟ ਕਰ ਰਹੇ ਉਹ ਸਟੇਜ 'ਤੇ ਚੜ੍ਹੇ ਆ ਬੀਬੀ ਜੀ, ਉਹਨਾਂ ਦਾ ਤੁਸੀਂ ਉਹਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ, ਉਹ ਸਟੇਜ 'ਤੇ ਚੜ੍ਹੇ ਆ ਜਿਹੜੇ ਰਿਫਟ ਕ੍ਰੀਏਟ ਕਰ ਰਹੇ। ਸਾਡਾ ਨਾ ਐਵੇਂ ਤੁਸੀਂ ਕਹੋ, ਪੰਗਾ ਉਹਨਾਂ ਦਾ ਆਪਸੀ ਆ, ਹੁਣ ਮੀਆਂ ਬੀਬੀ ਆਪਸ ਨਾ ਰਾਜੀ ਰਹਿਣ ਅਤੇ ਕਹਿਣ ਗੁਆਂਢੀ ਜਿੰਮੇ ਆ ਰਿਹਾ, ਉਹ ਤਾਂ ਗੱਲ ਥੋੜ੍ਹੀ, ਆਈ ਡੋਂਟ ਥਿੰਕ ਇਟਸ ਲੋਜੀਕਲ ਐਂਡ ਇਟਸ ਨੋਟ ਰਾਈਟ। ਬਿਕਰਮ ਮਜੀਠੀਆ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ 'ਤੇ ਸਵਾਲ ਉਠਾਏ। ਉੱਥੇ ਹੀ ਉਹਨਾਂ ਨੇ ਬਰਗਾੜੀ ਮਾਮਲੇ 'ਤੇ ਗੱਲ ਕਰਦਿਆਂ ਕਿਹਾ ਕਿ ਉਸਨੂੰ ਅੱਜ ਵੀ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ISI ਵਰਗੀ ਫੰਡਿੰਗ ਕਰ ਰਹੀ ਹੈ, ਅਤੇ ਨਾਲ ਹੀ ਬਲਜੀਤ ਸਿੰਘ ਦਾਦੂ ਵਾਸਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਹੁਣ ਉਹ ਕਾਂਗਰਸ ਦੀ ਬੋਲੀ ਬੋਲ ਰਹੇ ਨੇ। ਉੱਥੇ ਹੀ ਉਹਨਾਂ ਨੇ SIT ਦੀ ਰਿਪੋਰਟ 'ਤੇ ਵੀ ਕਈ ਸਵਾਲ ਖੜੇ ਕੀਤੇ। ਕੀ ਇਹ ਪ੍ਰੋਬਲਮ ਸਾਡੀ ਕ੍ਰੀਏਟਡ ਨਹੀਂ, ਤੁਸੀਂ ਰਿਸ਼ਤੇਦਾਰੀ ਵੇਖੋ ਸੁਖਪਾਲ ਖਹਿਰਾ ਜੀ ਦੀ ਅਤੇ ਜਸਟਿਸ ਰਣਜੀਤ ਸਿੰਘ ਦੀ ਕੀ ਹੈ, ਦੇ ਹਿਜ਼ ਸਿਸਟਰ ਇਜ਼ ਮੈਂ ਭਨੋਈਆ ਸਾਹਿਬ ਨੇ ਜਸਟਿਸ ਰਣਜੀਤ ਸਿੰਘ, ਇਹ ਸਾਰੀ ਗੱਲ ਦੀ ਪ੍ਰੋਬਲਮ ਜੀ ਜਦ ਤੁਸੀਂ ਤਹਿ ਤੱਕ ਜਾਓਗੇ ਇਸ 'ਚ ਜਸਟਿਸ ਰਣਜੀਤ ਸਿੰਘ, ਕਾਂਗਰਸ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਜੀ ਆਉਣਗੇ, ਜਿਹੜਾ ਸਾਰਾ ਹੀ ਡਰਾਮਾ ਚੱਲ ਰਿਹਾ, ਫਿਰ ਤੁਸੀਂ ਹੈਰਾਨ ਹੋਵੋਗੇ। ਜਿਹੜੇ ਅੱਜ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਹਨਾਂ ਨੇ ਨਹੀਂ ਬਣਾਈ, ਇਹ ਕਾਂਗਰਸ ਭਵਨ 'ਚ ਤਿਆਰ ਹੋਈ ਹੈ। ਇੰਦਰਾ ਗਾਂਧੀ ਜਿਹੜਾ ਕੰਮ ਨਹੀਂ ਕਰ ਸਕੀ ਸਿੱਖਾਂ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਜਿਹੜਾ ਆਪਦੇ ਕੰਟਰੋਲ 'ਚ ਕਰਨਾ ਚਾਹੁੰਦੀ ਨਹੀਂ ਕਰ ਸਕੀ, ਉਹ ਉਹਨਾਂ ਨੇ ਅੱਜ ਕਾਂਗਰਸੀ ਜਥੇਦਾਰਾਂ ਦੇ ਥਰੂ, ਕਾਂਗਰਸੀ ਕਮਿਸ਼ਨ ਦੇ ਥਰੂ, ਜਿਹੜੀ ਖਹਿਰਾ ਸਾਹਿਬ ਦੇ ਆਪਦੇ ਲਫ਼ਜ਼ ਸਨ ਕਿ ਫਰੈਂਡਲੀ ਕਮਿਸ਼ਨ, ਗਿਵ ਐਂਡ ਟੇਕ ਕਮਿਸ਼ਨ, ਜਿਨ੍ਹਾਂ ਨੂੰ ਤਨਖਾਹਾਂ ਜਦੋਂ ਕਾਂਗਰਸ ਦੀ ਸਰਕਾਰ ਦੇ ਰਹੀ ਹੈ ਅਤੇ ਉਹਨਾਂ ਨੇ ਪੋਲਿਸੀ ਅਤੇ ਪ੍ਰੋਗਰਾਮ ਵੀ ਉਹੀ ਕਮਿਸ਼ਨ 'ਚ ਲਿਖ ਕੇ ਦੇਣੇ ਆ ਜੋ ਕਾਂਗਰਸ ਭਵਨ 'ਚ ਤਿਆਰ ਹੁੰਦੇ। ਇਸ ਲਈ ਇਸ ਫਰੋਡ ਕਮਿਸ਼ਨ ਨੂੰ ਜਿੱਥੇ ਅਸੀਂ ਵੀ ਰਿਜੈਕਟ ਕਰਦੇ ਹਾਂ, ਇਨ ਵਿਊ ਆਫ ਜਸਟਿਸ ਲੋਕ ਵੀ ਰਿਜੈਕਟ ਕਰਨ ਦੇ, ਅੱਜ ਮੰਗ ਕਰਦੇ ਕਾਂਗਰਸ ਨੂੰ ਡਰ ਕਾਹਦਾ। ਜੇ ਤੁਸੀਂ ਫੇਅਰ ਪਲੇ 'ਚ ਇੰਟਰਸਟਿਡ ਹੋ, ਜੇ ਸੱਚਾਈ ਸਾਹਮਣੇ ਲਿਆਉਣ 'ਚ ਇੰਟਰਸਟਿਡ ਹੋ ਤਾਂ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਤੋਂ ਇਨਕੁਆਇਰੀ ਕਰੋ, ਤੁਸੀਂ ਡਰਦੇ ਕਿਉਂ? ਡਰ ਇਸ ਗੱਲ ਦਾ ਹੈ ਕਿ ਫਿਰ ਸੱਚਾਈ ਜਿਹੜਾ ਉਹ ਲਿਖਣਾ ਚਾਹੁੰਦੇ ਆ, ਲਿਖਾਉਣਾ ਚਾਹੁੰਦੇ ਕਾਂਗਰਸ, ਉਹ ਲਿਖਿਆ ਨਹੀਂ ਜਾਣਾ, ਉਹ ਇਕੱਲਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂ ਜਸਟਿਸ ਮਹਿਤਾਬ ਸਿੰਘ ਗਿਵ ਐਂਡ ਟੇਕ ਕਮਿਸ਼ਨ ਕਰ ਸਕਦੇ ਸਨ। ਫਿਰ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਆ, ਜਿਹੜੇ ਲੋਕ ਦੇਸ਼ ਨੂੰ ਵੰਡਣਾ ਚਾਹੁੰਦੇ ਆ, ਜਿਹੜੇ ਲੋਕ ਅੱਜ ਮਾੜਾ ਸਮਾਂ ਪੰਜਾਬ 'ਚ ਵਾਪਸ ਲਿਆਉਣਾ ਚਾਹੁੰਦੇ ਆ, ਆ ਇੱਕ ਜਥੇਦਾਰ ਜੀ ਜਿਹੜੇ ਉੱਥੇ ਬੈਠੇ ਆ ਕਾਂਗਰਸ ਦੇ, ਮੈਂ ਤਾਂ ਉਹਨਾਂ ਨੂੰ ਕਾਂਗਰਸ ਦੇ ਜਥੇਦਾਰ ਕਹਿਣਾ ਤਾਂ ਗਲਤ ਲਫ਼ਜ਼ ਹੈ, ਕਾਂਗਰਸ ਦੇ ਜਿਹੜੇ ਸੋ ਕਾਲਡ ਪ੍ਰਮੋਟਡ ਜਥੇਦਾਰ ਆ ਉਹਨਾਂ ਬਾਰੇ ਤਾਂ ਇੱਕ ਸੀਨੀਅਰ ਲੀਡਰ ਨੇ ਬਿਆਨ ਦਿੱਤਾ ਹੋਇਆ ਕਿ ਇਹ ਤਾਂ ਜੀ ਕਾਂਗਰਸ ਨਾਲ ਰਲ ਗਿਆ। ਉਹ ਵੀਡੀਓ ਵੀ ਮੈਂ ਤੁਹਾਨੂੰ ਦਿਖਾ ਦਿੰਦਾ, ਦਾਦੂਵਾਲ ਸਾਹਿਬ ਬਾਰੇ ਮਾਨ ਸਾਹਿਬ ਨੇ ਟਿੱਪਣੀ ਕਰੀ, ਮੇਰੀ ਟਿੱਪਣੀ ਤਾਂ ਨਹੀਂ। ਇਸ ਲਈ ਜਿਹੜੀ
ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ISI ਫੰਡਿੰਗ ਜਿਹੜੀ ਹੋ ਰਹੀ ਹੈ ਉਸ ਗੱਲ ਦੀ ਸਾਰੇ ਦੀ ਜਾਂ ਤਾਂ ਕੋਈ ਸਿਟਿੰਗ ਜੱਜ ਉਹਦੀ ਇਨਕੁਆਇਰੀ ਕਰੇ ਜਾਂ CBI ਤੋਂ ਇਨਕੁਆਇਰੀ ਕਰਾਓ ਕਿ ਇਹ ਸਾਰੀ ਜਿਹੜੀ ਸਿਆਸਤ ਕੀਤੀ ਜਾ ਰਹੀ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ, ਉਹਦੇ ਲਈ ਅਸਲ ਜ਼ਿੰਮੇਵਾਰ ਕੋਈ ਹੋਰ ਨਹੀਂ। ਉਹ ਦਰਬਾਰ ਸਾਹਿਬ 'ਤੇ ਅਟੈਕ ਕਾਂਗਰਸ ਪਾਰਟੀ ਦਾ, ਗਾਂਧੀ ਪਰਿਵਾਰ ਦਾ, ਉਹ ਕੰਮ ਫਿਰ ਇੱਥੇ ਸ਼ੁਰੂ ਕੀਤਾ। ਜਸਟਿਸ ਜਾਂ ਇਨਸਾਫ ਲਾਉਣ ਦੀ ਤਾਂ ਚੀਜ਼ ਹੀ ਕੋਈ ਨਹੀਂ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਚੈਨਲ ਪੰਜਾਬ।